ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ, ਫੋਨ ਕਾਲ ਤੇ ਐਕਸਟੋਰਸ਼ਨ ਦੀ ਧਮਕੀ ਦੀ ਕੰਪਲੇਂਟ ਮਿਲੀ ਸੀ। ਬੜਾਲੀ ਆਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸਨੂੰ ਫੋਨ ਤੇ ਰਾਹੀਂ ਧਮਕੀ ਮਿਲੀ ਸੀ। ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸਨੂੰ ਅੰਜਾਮ ਦੇਣ ਵਾਸਤੇ ਜਾਂ ਉਸਨੂੰ ਡਰਾਉਣ ਵਾਸਤੇ ਔਰ ਉਹਦੇ ਮਨ 'ਚ ਬਹਿ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ। ਸਰਕਾਰ ਅਤੇ ਮਾਨਯੋਗ DGP ਸਾਹਿਬ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਵਿੱਚ ਲੋਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਾਇਮ ਰੱਖਣ ਵਾਸਤੇ ਜ਼ਿਲ੍ਹੇ ਦੇ ਉੱਤੇ ਵੱਖੋ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਹੜੀ ਵੀ ਕੋਈ ਕੰਪਲੇਂਟ ਜਾਂ ਕੋਈ ਸ਼ਿਕਾਇਤ ਸਾਡੇ ਨੌਲੇਜ 'ਚ ਆਉਂਦੀ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਇੱਥੇ ਇੱਕ ਸ਼ਿਕਾਇਤ ਸਾਨੂੰ ਮਿਲੀ ਸੀ, ਉਹਦੇ 'ਚ SSP ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਜਿਹਦੇ 'ਚ DSP ਬੱਸੀ ਪਠਾਨਾ ਮੋਹਿਤ ਸਿੰਘਲਾ ਸਾਹਿਬ ਔਰ SHO ਬੜਾਲੀ ਆਲਾ ਸੀ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ। ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ, ਫੋਨ ਕਾਲ ਤੇ ਐਕਸਟੋਰਸ਼ਨ ਦੀ ਧਮਕੀ ਦੀ ਕੰਪਲੇਂਟ ਮਿਲੀ ਸੀ। ਬੜਾਲੀ ਆਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸਨੂੰ ਫੋਨ ਤੇ ਰਾਹੀਂ ਧਮਕੀ ਮਿਲੀ ਸੀ। ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸਨੂੰ ਅੰਜਾਮ ਦੇਣ ਵਾਸਤੇ ਜਾਂ ਉਸਨੂੰ ਡਰਾਉਣ ਵਾਸਤੇ ਔਰ ਉਹਦੇ ਮਨ 'ਚ ਬਹਿ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ। ਜਦੋਂ ਇਹ ਸ਼ਿਕਾਇਤ ਮਿਲੀ ਟੀਮ ਦਾ ਗਠਨ ਹੋਇਆ, ਇਹਨਾਂ ਦੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਇਹੀ ਸੀਗੇ ਕਿ ਇਸ ਮੁਕਦਮੇ ਨੂੰ ਜਿੰਨਾ ਛੇਤੀ ਤੋਂ ਛੇਤੀ ਹੋ ਸਕਦਾ ਇਸ ਲਈ ਤਾਂ ਕਿ ਬੰਦੇ ਕਿਸੇ ਹੋਰ ਨੂੰ ਜਾਂ ਕੋਈ ਹੋਰ ਇਲਜ਼ਾਮ ਨਾ ਦੇ ਸਕੇ ਇਸ ਦੇ ਉੱਤੇ ਕਾਰਵਾਈ ਕਰੇ। SHO ਸਾਹਿਬ ਨੇ ਬੜੀ ਦਲੇਰੀ ਨਾਲ ਔਰ ਜਿਹੜੇ ਇਹਨਾਂ ਦੇ ਸੋਰਸਿਸ ਸੀਗੇ, ਜਿਹੜੇ ਹੋਰ ਇਨਪੁੱਟ ਇਹਨਾਂ ਦੇ ਕੋਲ ਸੀਗੇ, ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ, ਉਹ ਸਾਰੇ ਨੂੰ ਦੇਖਦੇ ਹੋਏ ਇਹਨਾਂ ਦੀ ਟੀਮ ਨੇ ਬੜੇ ਕਮ ਟਾਈਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਜਿਹੜੇ ਦੋਨੋਂ ਐਕਿਊਜ਼ ਸੀਗੇ ਇਹਨਾਂ ਦੀ ਅਰੈਸਟ ਕੀਤੀ ਹੈ। ਇਹ ਜਿਹੜੇ ਐਕਿਊਜ਼ਡ ਹੈ ਇਹਦੇ ਵਿੱਚ ਇੱਕ ਹੈਗਾ ਪ੍ਰਿੰਸ, ਜਿਹੜਾ ਪ੍ਰਿੰਸ ਨਾਮ ਦਾ ਬੰਦਾ ਹੈਗਾ ਉਹ 2-3 ਸਾਲ ਪਹਿਲੇ ਇੱਥੇ ਹੀ ਬੜਾਲੀ ਆਲਾ ਸਿੰਘ ਰਹਿੰਦਾ ਸੀ, ਕਿਰਾਏ ਦੇ ਮਕਾਨ 'ਚ ਰਹਿੰਦਾ ਸੀ। ਸੋ ਇਸਨੂੰ ਉਸਦੀ ਜਾਣਕਾਰੀ ਸੀਗੀ ਔਰ ਇਹਨੇ ਫਿਰ ਆਪਣੇ ਨਾਲ ਇੱਕ ਸਤਿੰਦਰ ਸੀਗਾ ਜਿਹੜਾ ਕਿ ਮੁਕਤਸਰ ਦਾ ਰਹਿਣ ਵਾਲਾ, ਉਹਨੂੰ ਆਪਣੇ ਨਾਲ ਰਲਾ ਕਰਕੇ ਫਿਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਸਾਡੀ ਜਿਹੜੀ ਟੀਮ ਹੈ ਜਿਹੜੇ DSP ਸਾਹਿਬ ਦੇ ਸੁਪਰਵਿਜ਼ਨ ਹੇਠ ਇਹ ਸਾਰਾ ਕੰਮ ਹੋਇਆ ਹੈ। ਉਹ SHO ਸਾਹਿਬ ਨੇ ਗੱਡੀ ਜਿਹੜੀ ਰਿਕਵਰ ਇਸਦੇ ਵਿੱਚ ਯੂਜ਼ ਕੀਤੀ ਗਈ ਸੀ I-10 ਉਹ ਗੱਡੀ ਵੀ ਰਿਕਵਰ ਕਰ ਲਈ, ਇਹ ਦੋਨੋਂ ਬੰਦੇ ਵੀ ਫੜ ਲਈ ਹੈ। ਇਹਦੇ ਬਾਅਦ ਇਸ ਜਿਹੜੀ ਇਨਵੈਸਟੀਗੇਸ਼ਨ ਹੈ ਬਾਕੀ ਉਹ ਜਾਰੀ ਹੈ। ਇਹਦੇ 'ਚ ਮੁਕੱਦਮਾ ਜਿਹੜਾ ਹੈ ਉਹ 68 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਸੀ ਅੰਡਰ ਸੈਕਸ਼ਨ ਇਹ ਸੀਗਾ 308 ਔਰ 3/5 BNS ਐਕਟ, ਇਸਦੇ ਅਧੀਨ ਇਹ ਮੁਕੱਦਮਾ ਦਰਜ ਕੀਤਾ ਗਿਆ। ਬਾਕੀ ਅੱਗੇ ਵਾਲੀ ਜੇ ਇਨਵੈਸਟੀਗੇਸ਼ਨ ਉਹ ਚੱਲ ਰਹੀ। ਕਿਸ ਤਰ੍ਹਾਂ ਦੇ ਬੰਦੇ ਨੂੰ ਧਮਕੀ ਦਿੱਤੀ ਸੀ? ਇਹਨਾਂ ਨੇ ਜਿਹੜੀ ਦਿੱਤੇ ਸੀ ਇਹਨਾਂ ਨੂੰ ਜਿਸ ਹਿਸਾਬ ਨਾਲ ਇਹਨਾਂ ਦਾ ਵਰਜਨ ਹੈ ਹਜੇ, ਕਿਉਂਕਿ ਬਾਕੀ ਕਾਰਵਾਈ ਅੰਡਰ ਇਨਵੈਸਟੀਗੇਸ਼ਨ ਹੈ, ਇਹਨਾਂ ਨੂੰ ਪੈਸੇ ਦੀ ਲੋੜ ਸੀਗੀ ਉਸ ਕਰਕੇ ਇਹਨਾਂ ਨੇ ਦੇਖਿਆ ਕਿ ਆਪਾਂ ਕਿਸ ਨੂੰ ਧਮਕੀ ਦੇ ਸਕਦੇ ਹਾਂ, ਜੇ ਇਹੀ ਇਹਨਾਂ ਦੇ ਜਾਣਕਾਰੀ ਸੀਗੇ ਤਾਂ ਇਹਨਾਂ ਨੂੰ ਇਸ ਸਾਰੇ ਏਰੀਏ ਦਾ ਪਤਾ ਸੀਗਾ ਕਿਵੇਂ ਆਉਣਾ ਹੈ, ਕਿਸ ਪਾਸੇ ਜਾਣਾ ਹੈ, ਤਾਂ ਉਹ ਸਾਰਾ ਕੁਛ ਇਹਨਾਂ ਨੂੰ ਕੀ ਪਤਾ ਸੀ। ਉਹਦਾ ਇਹਨਾਂ ਨੇ ਐਡਵਾਂਟੇਜ ਚੱਕ ਕੇ ਫਿਰ ਬੰਦੇ ਨੂੰ ਧਮਕੀ ਦਿੱਤੀ। ਫੋਨ ਕਾਲ ਦੇ ਰਾਹੀਂ ਇਹਨਾਂ ਨੇ ਬਾਹਰਲੇ ਨੰਬਰ ਤੋਂ ਫੋਨ ਕਰਾਇਆ ਸੀ, ਪਹਿਲੇ 2-3 ਇਹਨਾਂ ਨੂੰ ਕਾਲ ਕਰਾਏ, ਉਹਦੇ ਬਾਅਦ ਇਹਨਾਂ ਨੇ ਇੰਟਰ ਰੋਡਾ ਰਾਤੀ 1-1:30 ਵਜੇ ਦੇ ਆਸ ਪਾਸ ਉਹਨਾਂ ਦੇ ਘਰ 'ਤੇ ਹਮਲਾ ਕੀਤਾ ਸੀ।
ਉਸਦੇ ਬਾਅਦ ਵੀ ਫੋਨ ਕਰਕੇ ਫਿਰ ਇਹਨਾਂ ਨੇ ਦੱਸਿਆ ਸੀ ਕਿ ਜੇ ਤੁਸੀਂ ਸਾਨੂੰ ਪੈਸੇ ਨਹੀਂ ਦਿਓਗੇ ਤਾਂ ਅਸੀਂ ਅੱਗੇ ਵੀ ਕਾਰਵਾਈ ਨੂੰ ਅੰਜਾਮ ਦੇਵਾਂਗੇ। ਇਹਦੇ 'ਚ ਇਹਨਾਂ ਨੇ ਜਿਹੜੇ ਮੰਗੇ ਸੀ ਉਹ ਪੈਸੇ ਜਿਹੜੇ ਇਹਨਾਂ ਨੇ ਖੁੱਲ੍ਹੇ ਹੀ ਕਰਕੇ ਗਏ ਸੀ, ਕਦੇ 15 ਕਹਿੰਦੇ ਸੀ, ਕਦੇ 20 ਕਹਿੰਦੇ ਸੀ, ਕਦੇ 25 ਕਹਿੰਦੇ ਸੀ, ਕਿਉਂਕਿ 2-3 ਕੋਲਾਂ ਇਹਨਾਂ ਨੇ ਕੀਤੇ ਸੀ। ਤਾਂ ਇਹਨਾਂ ਦਾ ਮੋਟਿਵ ਸੀਗਾ ਕਿ ਜਿਹੜਾ ਵੀ ਆਪਾਂ ਨੂੰ ਮਿਲ ਸਕਦਾ ਆਪਾਂ ਲਈ। ਇਸ ਤਰ੍ਹਾਂ ਦੇ ਬੰਦੇ ਸੀ ਜਿਹਨੂੰ ਧਮਕੀ ਦਿੰਦੇ ਸੀ, ਜਿਸ ਨੂੰ ਧਮਕੀ ਦਿੰਦੇ ਉਹ ਤਾਂ ਵਿਆਪਾਰੀ ਬੰਦੇ ਜੀ, ਔਰ ਉਹਨਾਂ ਦਾ ਆਪਣਾ ਕੰਮ ਕਾਜ ਬੜਾ ਲਿਆ ਸੀ, ਉੱਥੇ ਹੀ ਉਹਨਾਂ ਦਾ ਵਿਆਪਾਰ ਹੈ। ਨਹੀਂ, ਇਹਨਾਂ ਤੇ ਕੋਈ ਪਹਿਲੇ ਮਾਮਲਾ ਸਾਡੇ ਧਿਆਨ ਚ ਨਹੀਂ ਆਇਆ, ਔਰ ਇਸ ਤੋਂ ਇਲਾਵਾ ਕੋਈ ਹੋਰ ਕਿਸੇ ਨੂੰ ਧਮਕੀ ਦਿੱਤੀ ਉਹ ਅਸੀਂ ਚੈੱਕ ਕਰ ਰਹੇ ਹਾਂ। ਵਿਦੇਸ਼ੀ ਨੰਬਰ ਦੀ ਗੱਲ ਕੀਤੀ ਤੁਸੀਂ, ਉਹ ਕਿਹਨਾਂ ਨਾਲ ਤੁਸੀਂ ਕਿੱਦਾਂ ਯੂਜ਼ ਕਰਦੇ? ਜਿਹੜਾ ਵਿਦੇਸ਼ੀ ਨੰਬਰ ਹੈ ਉਸਦਾ ਜੀ ਅਜੇ ਇਨਵੈਸਟੀਗੇਸ਼ਨ ਹੈਗਾ, ਉਹ ਆਪਾਂ ਜਿਸ ਵੀ ਕੰਪਨੀ ਦਾ ਹੈ, ਜਿਸ ਵੀ ਉਸ ਤੋਂ ਰਾਹੀਂ ਲੈ ਸਕਦੇ ਹਾਂ, ਉਹ ਆਪਾਂ ਕਰ ਰਹੇ ਹਾਂ। ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਬੰਦਾ ਬਾਹਰਲਾ ਆਏਗਾ, ਹੁਣ ਤੱਕ ਜਿਹੜਾ ਆਇਆ ਕੋਈ ਇਹਨਾਂ ਦਾ ਹੀ ਜਾਣ ਪਛਾਣ ਵਾਲਾ ਬੰਦਾ ਸੀਗਾ, ਜਿਸ ਨੂੰ ਇਕੱਲਾ ਧਮਕੀ ਦੇਣ ਵਾਸਤੇ ਹੀ ਇਸਤੇਮਾਲ ਕੀਤਾ ਹੈ, ਕੋਈ ਗੈਂਗਸਟਰ ਜਾਂ ਕੋਈ ਹੋਰ ਪਾਸੇ ਕਿਸੇ ਹੋਰ ਪਾਸੇ ਕੋਈ ਲਿੰਕ ਨਹੀਂ ਆ ਰਿਹਾ। ਨਹੀਂ, ਜਿਹੜਾ ਕੋਲਰ ਹੈ ਉਹਦਾ ਰੋਲ ਅਸੀਂ ਆਈਡੈਂਟੀਫਾਈ ਕਰ ਰਹੇ, ਜਿੰਨਾ ਰੋਲ ਜਿਸਦਾ ਹੋਗਾ, ਕਿਉਂਕਿ ਕੋਲਰ ਦੀ ਆਈਡੈਂਟੀਫਿਕੇਸ਼ਨ ਨਹੀਂ ਹੋ ਸਕਦਾ, ਉੱਥੇ ਕੋਈ ਬੰਦਾ ਕਿਸੇ ਦਾ ਨਾਮ ਲੈ ਕੇ ਵੀ ਕੋਲ ਕਰ ਸਕਦਾ। ਤਾਂ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਕਿ ਜਿਸ ਬੰਦੇ ਨੇ ਜਿਸ ਨੰਬਰ ਨੂੰ ਇਸਤੇਮਾਲ ਕੀਤਾ ਹੈ ਉਹ ਕਿਹਦੇ ਨਾਂ ਤੇ ਨੰਬਰ ਹੈ, ਔਰ ਇਸ ਤੋਂ ਇਲਾਵਾ ਉਹਦਾ ਰੋਲ ਕਿੰਨਾ ਹੈ। ਹੁਣ ਤੱਕ ਜਿਹੜਾ ਸਾਡੇ ਕੋਲ ਆਇਆ ਉਹ ਆਇਆ ਕਿ ਇਹਨਾਂ ਦਾ ਕੋਈ ਜਾਣ ਪਛਾਣ ਦਾ ਯਾਰੀ ਦੋਸਤੀ ਦਾ ਬੰਦਾ, ਜਿਵੇਂ ਕੋਈ ਬਾਹਰ ਹੁੰਦਾ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਤੁਸੀਂ ਧਮਕੀ ਦੇ ਦਿਓ ਉਸ ਪਾਸੇ, ਇਹ ਸਾਡੇ ਵਾਸਤੇ ਇਹ ਕੋਲ ਕਰ ਦਿਓ, ਜਿਵੇਂ ਫੇਵਰ ਮੰਗਦੇ ਹਾਂ। ਹੁਣ ਤੱਕ ਰੋਲ ਉਸ ਪਾਸੇ ਆ ਰਿਹਾ, ਅਸੀਂ ਪੂਰਾ ਇਨਵੈਸਟੀਗੇਸ਼ਨ ਕਰ ਰਹੇ ਹਾਂ, ਉਹ ਨੰਬਰ ਦੀ ਵੀ ਅਸੀਂ ਜਾਂਚ ਕਰਾ ਰਹੇ ਹਾਂ, ਜਿਹੜੀ ਵੀ ਗੱਲ ਸਾਡੇ ਸਾਹਮਣੇ ਆਊਗੀ ਉਸ ਦੇ ਮੁਤਾਬਿਕ ਕਰਵਾਈ। ਫਿਲਹਾਲ ਦੋ ਦੋਸ਼ੀ ਨਹੀਂ, ਹੁਣ ਤੱਕ ਪਹਿਲਾਂ ਹੀ ਹੈ। ਦੇਖੋ ਜੀ, ਇਹੀ ਕਾਮਯਾਬੀ ਹੈ ਜ਼ਿਲ੍ਹੇ ਦੀ ਕਿ ਜਦੋਂ ਵੀ ਸਾਡੇ ਧਿਆਨ 'ਚ, ਹੁਣ ਇਸ ਤੋਂ ਪਹਿਲੇ ਵੀ ਤੁਸੀਂ ਦੇਖਿਆ ਹੋਣਾ ਕਿ SSP ਸਾਹਿਬ ਨੇ ਜਦੋਂ ਵੀ ਕੋਈ ਹੀਨੀਅਸ ਕ੍ਰਾਈਮ ਜਾਂ ਕੋਈ ਇਹੋ ਜਿਹਾ ਕ੍ਰਾਈਮ ਨਜ਼ਰ 'ਚ ਆਉਂਦਾ ਹੈ ਤਾਂ ਇਮੀਡੀਏਟਲੀ ਟੀਮ ਨੂੰ ਬਣਾ ਕਰਕੇ ਉਸਨੂੰ ਇਮੀਡੀਏਟ ਟਰੇਸ ਕੀਤਾ ਜਾਂਦਾ ਹੈ, ਕਿਉਂਕਿ ਜੇ ਕੋਈ ਇੱਕ ਕਾਮਯਾਬੀ ਹੋ ਗਈ ਫਿਰ ਬੰਦੇ ਉਸਦੇ ਬਾਅਦ ਉਸ ਚੀਜ਼ ਦੇ ਆਦੀ ਹੋ ਜਾਂਦੇ। ਸੋ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਇੱਥੇ ਜਿੰਨੇ ਵੀ ਕ੍ਰਾਈਮ ਹੋਏ, ਮਤਲਬ ਰਿਪੋਰਟਿਡ ਹੋਏ ਸੀ, ਅਸੀਂ ਇਮੀਡੀਏਟਲੀ ਟਰੇਸ ਕੀਤੇ, ਕੋਈ ਹੋਰ ਇਸ ਤੋਂ ਇਲਾਵਾ ਕਾਰਵਾਈ ਆਪਾਂ ਹੁਣ ਨਹੀਂ ਦਿੱਤੀ।